सिद्धू मूसेवाला दे घर छोटे सिद्धू ने जन्म लिया। परिवार दीयां खुशियां फिर तो वापस परतियां ते छोटे सिद्धू दे वापस आउण दी खुशी हर एक इंसान ने मनाई। देशों विदेशों च बैठे हर एक इंसान ने खुशी मनाई ते लोग हुण तक सिद्धू मूसेवाला दे पिता नूं वधाइयां दे रहे ने, नच गा के खुशी मना रहे ने। माता चरण कौर अजे होस्पिटल ने उन्हां दा ट्रीटमेंट चल रहा। ਤਾਂ ਅਜਿਹੇ ਦੇ ਵਿੱਚ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਅੱਜ ਲਾਈਵ ਹੋ ਕੇ ਸਰਕਾਰ ਦੇ ਨਾਲ ਨਾਰਾਜ਼ਗੀ ਪ੍ਰਗਟਾਈ ਕਿ ਬੱਚੇ ਦੇ ਡਾਕੂਮੈਂਟਸ ਨੂੰ ਲੈ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਸਵਾਲ ਉਹਨਾਂ ਤੋਂ ਪੁੱਛੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਟ੍ਰੀਟਮੈਂਟ ਪੂਰਾ ਹੋਣ ਦਿੱਤਾ ਜਾਵੇ, ਮੈਂ ਹਰ ਤਰ੍ਹਾਂ ਦਾ ਸਹਿਯੋਗ ਕਰਾਂਗਾ, ਮੈਂ ਕਾਨੂੰਨ ਜਾਣਦਾ ਹਾਂ, ਕਾਨੂੰਨ ਦੀ ਰਿਸਪੈਕਟ ਕਰਦਾ, ਮੈਂ ਕਾਨੂੰਨ ਦੇ ਹਰ ਪਹਿਲੂ 'ਤੇ ਖਰਾ ਉਤਰਾਂਗਾ, ਮੈਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ, ਸਾਰੇ ਲੀਗਲ ਡਾਕੂਮੈਂਟਸ ਪੇਸ਼ ਕਰਾਂਗਾ। ਅਤੇ ਉਸ ਤੋਂ ਬਾਅਦ ਬਲਕੌਰ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਲੋਕ ਵੀ ਉਹਨਾਂ ਦੇ ਨਾਲ ਖੜ੍ਹੇ ਦਿਖਾਈ ਦਿੱਤੇ ਤਾਂ ਸਿਆਸਤ ਵੀ ਪੱਖ ਦੀ ਨਜ਼ਰ ਆਈ। ਪਾਰਟੀਆਂ ਦੇ ਵੱਲੋਂ ਸਰਕਾਰ ਨੂੰ ਘੇਰਿਆ ਗਿਆ, ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਸਰਕਾਰ ਦੀ ਨਿੰਦਾ ਕੀਤੀ ਅਤੇ ਇਹ ਵੀ ਕਿਹਾ ਕਿ ਇਹ ਕੀ ਇਹ ਇਨਸਾਨੀਅਤ ਹੈ, ਵਧਾਈ ਦੇਣ ਦੀ ਬਜਾਏ ਤੰਗ ਪਰੇਸ਼ਾਨ ਉਹਨਾਂ ਨੂੰ ਕੀਤਾ ਜਾ ਰਿਹਾ। ਤਾਂ ਇਹ ਕਹਿਣਾ ਸੀ ਬਿਕਰਮ ਸਿੰਘ ਮਜੀਠੀਆ ਦਾ। ਤਾਂ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਘੇਰਿਆ। ਇਸ ਮਾਮਲੇ 'ਤੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਘਿਰਦੀ ਹੋਈ ਨਜ਼ਰ ਆਈ। ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਕਿ ਇਹ ਸਾਰੀ ਜਾਣਕਾਰੀ ਜੋ ਪੰਜਾਬ ਸਰਕਾਰ ਨੇ ਮੰਗੀ ਹੈ, ਪੰਜਾਬ ਸਰਕਾਰ ਨੇ ਨਹੀਂ ਮੰਗੀ, ਸਗੋਂ ਕੇਂਦਰ ਸਰਕਾਰ ਨੇ ਮਾਤਾ ਚਰਨ ਕੌਰ ਦੇ IVF ਟ੍ਰੀਟਮੈਂਟ ਦੀ ਰਿਪੋਰਟ ਮੰਗੀ ਹੈ। ਕਿਉਂਕਿ ਕਾਨੂੰਨ ਦੇ ਮੁਤਾਬਕ 21 ਤੋਂ 50 ਸਾਲ ਦੀ ਉਮਰ ਤੱਕ ਹੀ IVF ਟ੍ਰੀਟਮੈਂਟ ਕਰਵਾਇਆ ਜਾ ਸਕਦਾ ਹੈ। ਇਹ ਕਾਨੂੰਨ ਕੇਂਦਰ ਸਰਕਾਰ ਦਾ ਬਣਾਇਆ ਗਿਆ ਹੈ ਕਿਉਂਕਿ ਜੇਕਰ ਸਬੂਤ ਨਹੀਂ ਦਿੱਤੇ ਜਾਂਦੇ ਤਾਂ ਬੱਚੇ ਦਾ ਜਨਮ ਸਰਟੀਫਿਕੇਟ ਅਤੇ ਪਾਸਪੋਰਟ ਨਹੀਂ ਬਣਾਉਣ ਦਿੱਤਾ ਜਾਂਦਾ। ਤਾਂ ਹਿੰਦੁਸਤਾਨ ਟਾਈਮਸ ਦੇ ਹਵਾਲੇ ਦੇ ਅਨੁਸਾਰ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਤਾਂ ਮਿਨਿਸਟਰੀ ਆਫ ਹੈਲਥ ਐਂਡ ਵੈਲਫੇਅਰ ਨੇ ਸਰਕਾਰ ਨੂੰ ਚਿੱਠੀ ਭੇਜੀ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ 21 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਇਸ ਵਿਧੀ ਦੇ ਰਾਹੀਂ ਬੱਚੇ ਨੂੰ ਜਨਮ ਦੇ ਸਕਦੀਆਂ ਨੇ, ਬੱਚਾ ਪੈਦਾ ਕਰ ਸਕਦੀਆਂ ਨੇ। ਪਰ ਮਾਤਾ ਚਰਨ ਕੌਰ ਦੀ ਉਮਰ 58 ਸਾਲ ਹੈ ਤਾਂ ਇਸੇ ਲਈ ਸਬੂਤ ਪੇਸ਼ ਕੀਤੇ ਜਾਣ, ਬੱਚੇ ਦੇ ਜੋ ਡਾਕੂਮੈਂਟਸ ਹੈ ਉਹ ਪੇਸ਼ ਕੀਤੇ ਜਾਣ। ਪਰ ਹੁਣ ਇਸ ਮਾਮਲੇ 'ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਇਨਵੋਲਵ ਹੋ ਗਈਆਂ ਨੇ। ਪਰ ਹੁਣ ਸਵਾਲ ਇਹ ਵੀ ਹੈ ਕਿ ਕੀ ਇਸ ਲਈ ਸਮਾਂ ਨਹੀਂ ਦਿੱਤਾ ਜਾ ਸਕਦਾ ਸੀ? ਅਤੇ ਸੂਤਰਾਂ ਦੇ ਮੁਤਾਬਕ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੋ ਇਹ ਟ੍ਰੀਟਮੈਂਟ ਹੈ ਇੰਡੀਆ ਤੋਂ ਬਾਹਰ ਕਰਵਾਇਆ ਗਿਆ, ਯਾਨੀ ਕਿ ਇਹ ਟ੍ਰੀਟਮੈਂਟ ਇੰਡੀਆ ਦੇ ਵਿੱਚ ਨਹੀਂ ਹੋਇਆ ਹੈ। ਤਾਂ ਉਹ ਕਾਨੂੰਨ ਤੌਰ 'ਤੇ ਸਹੀ ਵੀ ਹੋ ਸਕਦੇ ਨੇ, ਸਿਰਫ ਬੱਚੇ ਦੀ ਜੋ ਡਿਲੀਵਰੀ ਹੈ ਇੰਡੀਆ ਦੇ ਵਿੱਚ ਹੋਈ ਹੈ, ਤਾਂ ਜੋ ਇਹ ਟ੍ਰੀਟਮੈਂਟ ਪੂਰਾ ਹੋਇਆ IVF ਦਾ ਇੰਡੀਆ ਤੋਂ ਬਾਹਰ ਆਇਆ ਹੈ। ਔਰ ਜਿਹੜਾ ਇਹ ਕਾਨੂੰਨ ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਚਿੱਠੀ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ, ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਭੇਜੀ ਗਈ ਆ, ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਜਿਸ ਨੂੰ 2021 ਦੇ ਵਿੱਚ ਪਾਸ ਕੀਤਾ ਗਿਆ ਸੀ। ਤਾਂ ਹੁਣ ਬਲਕੌਰ ਸਿੰਘ ਵੀ ਇਹ ਕਹਿ ਰਹੇ ਸੀ ਕਿ ਉਹਨਾਂ ਨੇ ਜੋ ਵੀ ਕੰਮ ਕੀਤਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤਾ, ਹਰ ਤਰ੍ਹਾਂ ਦੇ ਲੀਗਲ ਡਾਕੂਮੈਂਟਸ ਦੇਣਗੇ, ਇਸ ਪੂਰੇ ਮਾਮਲੇ ਦੇ ਵਿੱਚ ਉਹ ਪੂਰੀ ਤਰ੍ਹਾਂ ਬਚ ਕੇ ਨਿਕਲਣਗੇ। ਤਾਂ ਹੁਣ ਤਰ੍ਹਾਂ ਤਰ੍ਹਾਂ ਦੇ ਸਵਾਲ ਹੈ ਜੋ ਲੋਕਾਂ ਦੇ ਵੱਲੋਂ ਵੀ ਖੜ੍ਹੇ ਕੀਤੇ ਜਾ ਰਹੇ ਨੇ ਕਿ ਕੀ, ਕਿਉਂਕਿ ਮਾਤਾ ਚਰਨ ਕੌਰ ਅਜੇ ਹੋਸਪਿਟਲ ਦੇ ਵਿੱਚ ਨੇ, ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ, ਕੀ ਜਦੋਂ ਘਰ ਆ ਜਾਂਦੇ ਤਾਂ ਤਦ ਉਹਨਾਂ ਤੋਂ ਸਬੂਤ ਮੰਗੇ ਜਾ ਸਕਦੇ ਸੀ? ਇਸੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ, ਗੱਲਬਾਤ ਕਰਕੇ ਉਹਨਾਂ ਨੂੰ ਸਮਾਂ ਦਿੱਤਾ ਜਾ ਸਕਦਾ ਸੀ, ਇੰਨੀ ਜਲਦੀ ਕਿਉਂ ਕੀਤੀ ਜਾ ਰਹੀ ਹੈ? ਤਾਂ ਇਹਨਾਂ ਤਮਾਮ ਸਵਾਲਾਂ ਨੂੰ ਲੈ ਕੇ ਜੋ ਇਹ ਮਾਮਲਾ ਹੈ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਬਲਕੌਰ ਸਿੰਘ ਨੇ ਵੀ ਇਹੀ ਕਿਹਾ ਸੀ ਕਿ ਮਾਤਾ ਚਰਨ ਕੌਰ ਹੈ ਜੋ ਉਹਨਾਂ ਦਾ ਜੇ ਟ੍ਰੀਟਮੈਂਟ ਚੱਲ ਰਿਹਾ, ਉਹਨਾਂ ਨੂੰ ਘਰ ਆ ਜਾਣ ਦਿਓ ਤਾਂ ਸਾਰੇ ਲੀਗਲ ਡਾਕੂਮੈਂਟਸ ਦਿੱਤੇ ਜਾਣਗੇ। ਤਾਂ ਹੁਣ ਇਸ ਦੇ ਵਿੱਚ ਪਹਿਲਾਂ ਜਿੱਥੇ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਸੀ, ਹੁਣ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਇਨਵੋਲਵ ਹੋ ਚੁੱਕੀਆਂ ਨੇ। ਪਰ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ 'ਤੇ ਕੀ ਜੋ ਅਗਲੀ ਖਬਰ ਆ ਉਹ ਸਾਹਮਣੇ ਆਉਂਦੀ ਹੈ, ਕਿ ਬਲਕੌਰ ਸਿੰਘ ਹੁਣੇ ਹੀ ਜੋ ਡਾਕੂਮੈਂਟਸ ਹੈ ਕੇਂਦਰ ਸਰਕਾਰ ਵੱਲੋਂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਜਮ੍ਹਾਂ ਕਰਵਾਉਣਗੇ, ਜਾਂ ਕੇਂਦਰ ਸਰਕਾਰ ਵੱਲੋਂ ਕੁਝ ਟਾਈਮ ਡਾਕੂਮੈਂਟਸ ਨੂੰ ਜਮ੍ਹਾਂ ਕਰਵਾਉਣ ਦੇ ਲਈ ਦਿੱਤਾ ਜਾਵੇਗਾ।